ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਨਵਾਂ ਬਾਗੜੀ ਆ ਤੁਹਾਨੂੰ ਦਿਖਾਉਣੇ ਆਗੇ ਜੀਪ ਪੂਰੀ ਘੈਂਟ ਅੱਤ ਜੀਪ ਅਸੀਂ ਵੇਚਣੀ ਇਹ ਜੇ ਕਿਸੇ ਲੈਣੀ ਹੋਵੇ ਤਾਂ ਦੱਸਿਓ ਫਿਲਹਾਲ ਇਹਦਾ ਕੰਮ ਚੱਲ ਰਿਹਾ ਡਸਟ ਦੇਖੋ ਜਿਵੇਂ ਰਾਜਸਥਾਨ ਹੋਵੇ ਕਿੰਨੀ ਮਿੱਟੀ ਉਹ ਬਾਈ ਇਹ ਕਿਹ ਸਾਲ ਬਾਅਦ ਸਟਾਰਟ ਕਰੀ ਹੈ 20 ਸਾਲ ਬਾਅਦ ਸਟਾਰਟ ਕਰਿਆ ਬਾਈ ਇਹ 20 ਸਾਲ ਬਾਅਦ ਤੇਰੀ ਉਮਰ ਕਿੰਨੀ ਹੈ ਬਾਈ ਮੇਰੀ ਹੈਗੀ ਹੈ 30 ਸਾਲ ਦੀ ਅਸਾ 3 ਸਾਲ ਪਹਿਲਾਂ ਬਾਅਦ ਚ ਇਹ ਹੋ ਆਇਆ ਦੋ ਜੀਪ ਦੀ ਹਾਲਤ ਬੈਠਣ ਯੋਗ ਤਾਂ ਹੈ ਨਹੀਂ ਤੁਹਾਨੂੰ ਦਿਖਾਤੀ ਮੈਂ ਮੇਰੇ ਵੀ ਕੱਪੜੇ ਪਿੱਛੋਂ ਫੁੱਲ ਲਿਬੜ ਜਾਣੇ ਨੇ ਆ ਦੇਖੋ ਜੀਪ ਬਾਈ ਇਹ ਕਲਾਸ ਦਾ ਪਰ ਪਹਿਲਾਂ ਦਾ ਕਲਾਸ ਦਾ ਪਰ ਹਾਂ ਜੀ ਲੱਭ ਲਿਆ ਬਾਈ ਜੀ ਮੈਂ ਸਰਵਰ ਸਟਾਰਟ ਕਰਦੀ ਇਹਨੂੰ ਬਾਈ ਪੱਕੀ ਗੱਲ ਕਰ ਦੇਗਾ ਪੱਕੀ ਗੱਲ ਯਾਰ ਕਮਾਲ ਦੀ ਗੱਲ ਆ ਚੱਲ ਕਰ ਬਾਈ ਫਿਰ ਠੀਕ ਆ ਵੀ ਕਰ दिमाग खराब करते शाम हो चुकी है ते हुण आपां चलदे आं घर नूं अज कम घट सीगा ते शाम मतलब कि जल्दी निबड़ गया पहला आपां लाइट लाई दुकान की 7 बज चुके ने ਹਨੇਰਾ ਵੀ ਹੋ ਗਿਆ ਤੇ ਹੁਣ ਆਪਾਂ ਘਰੇ ਚੱਲ ਰਾਤ ਨੂੰ ਵੈਸੇ ਮੈਨੂੰ ਡਰ ਵੀ ਲੱਗਦਾ ਕਿਉਂਕਿ ਮੈਂ ਨਾਰਮਲ ਵੀ ਗੱਡੀ ਬਹੁਤ ਹੌਲੀ ਚਲਾਉਣਾ ਹੈਗਾ ਮੈਂ ਕਦੇ ਵੀ ਆਪਣੇ ਫੈਮਿਲੀ ਪਰਿਵਾਰ ਨਾਲ ਹੋਵਾਂ ਤਾਂ ਮੈਂ ਮੇਰੀ ਜ਼ਿਆਦਾ ਤੋਂ ਜ਼ਿਆਦਾਤਰ ਸਪੀਡ ਹੋਊਗੀ 60 ਤੋਂ ਲੈ ਕੇ 80 ਵਿੱਚ ਕਿਉਂਕਿ ਜ਼ਿਆਦਾ ਗੱਡੀ ਮੈਂ ਚਲਾਉਣੀ ਚੰਗੀ ਨਹੀਂ ਸਮਝਦਾ ਗੱਲ ਇਹ ਬੇਵਕੂਫੀ ਆ ਕਿ ओवरलोड स्पीड ये साढ़े पिंड का मेन बस स्टैंड आ गया पहले मैं इंडिकेटर दे दा तो अज थोड़ी जी कणियां पैण करके शीशे थोड़ी जी वो जम्मी पई आ गई अपनी की कहिंदे मींह दी मिट्टी जम्मी पई है शीशा साफ कर लिया थोड़े जिहा आपां हुण साफ है काम ओके है वे जिन्ना तेरा मैं कर दी ओना करना किसे नहीं तेरा होर वे जिन्ना तेरा मैं कर दी ठीक है गुड नाइट मिलते हैं नवे ब्लॉग नवी गलबात अपने चैनल सब्सक्राइब करना भुल्यो